ਗੈਨੀ ਪਹਿਲਾਂ ਗੱਲ ਜਾਂ ਪੱਕੀਆਂ ਨਹੀਂ ਨਿਕਲੀਆਂ ਜਮਾ ਕੱਚੀਆਂ ਦੇਖ ਲੈ ਤੁਹਾਡੇ ਸਾਹਮਣੇ ਕੱਟੂਗਾ ਜੀ ਸਤਿ ਸ੍ਰੀ ਅਕਾਲ ਜੀ ਗੁੱਡ ਈਵਨਿੰਗ ਸਾਰਿਆਂ ਨੂੰ ਤੇ ਅੱਜ ਦੇ ਇੱਕ ਨਵੇਂ ਵਲੌਗ ਨੂੰ ਇਥੋਂ ਸਟਾਰਟ ਕਰਦੇ ਕਿਉਂਕਿ ਅੱਜ ਅਸੀਂ ਅਲਾਮਤ ਗਏ ਹੋਏ ਸੀ ਨੂਰ ਦੀ ਮੰਮੀ ਦਵਾਈ ਲੈਣ ਤਾਂ ਕਰਕੇ ਵਲੌਗ ਨੂੰ ਹੁਣ ਲੇਟ ਹੀ ਸਟਾਰਟ ਕਰਦੇ ਹਾਂ ਹੁਣ ਫਿਲਹਾਲ ਟਾਈਮ ਹੋਇਆ 4 ਵਜੇ ਪਏ ਹੈ ਨਾ ਤੇ ਮੌਸਮ ਮੀਂਹ ਵਾਲਾ ਹੋਇਆ ਪਿਆ ਨਾ ਨੂਰ ਦੀ ਮੰਮੀ ਮੰਮੀ ਜੱਡਾ ਭਾਰਾ ਦੋ ਟੋਕਰਾ ਭਰ ਕੇ ਕਰ ਦਿੰਦੀ ਮੀਂਹ ਅੱਜ ਵੀ ਆਊਗਾ ਹੈ ਨਾ ਪਤੀਲਾ ਚੱਕ ਲਿਆ ਗੈਨੀ ਨਾ ਲਿਆ ਗੈਨੀ ਤਾਂ ਰੈਡੀ ਆ ਗੈਨੀ ਗੋਰਾ ਹੋ ਗਿਆ ਇੱਥੇ ਰਹਿ ਗਿਆ ਨਾ ਗੈਨੀ ਪਹਿਲਾਂ ਕਾਲੇ ਰੰਗ ਦਾ ਉਹਨਾਂ ਡੈਡੀ ਓਏ ਅੱਜ ਸਬਜ਼ੀ ਬਣੂਗੀ ਤੋਰੀਆਂ ਦੀ ਸਭ ਕਹਿੰਦਾ ਤੋਰੀਆਂ ਤੋਰਿਆ ਤੋਰੀਆਂ ਤੋਰਿਆ ਕਹਿੰਦਾ ਮੰਮੀ ਹੁਣੇ ਨੇ ਮਿੰਟ ਮਾਰਦੀਆਂ 2 ਮਿੰਟਾਂ 'ਚ ਵੱਢਤੀ ਪੰਡ ਮੈਂ ਜਾ ਕੇ ਖੜਾ ਦੇ ਤਾਂ ਵੱਢ ਕੇ ਤੁਰੀਆਂ ਹੁਣ ਮੈਂ ਕਿਹਾ ਆਹ ਕੰਮ ਠੀਕ ਆ ਤੋਰੀਆਂ ਪੱਕੀਆਂ ਨਹੀਂ ਨਿਕਲੀਆਂ ਜਮਾਂ ਕੱਚੀਆਂ ਦੇਖ ਲਓ ਤੁਹਾਡੇ ਸਾਹਮਣੇ ਕੱਟੂਗਾ ਮੈਂ ਕਿਵੇਂ ਨਹੀਂ ਆਹ ਜਿਹੜੀ ਵੱਡੀ ਸੀ ਆ ਆਹ ਜਿਹੜੀ ਆਹ ਦੇਖ ਲਓ ਜਮਾਂ ਕੱਚੀ ਆ ਉੱਥੇ ਵਿਚਾਰੀ ਨੂੰ ਵੀ ਕਹੀ ਕਹਿੰਦੀ ਪੱਕੀਆਂ ਬਾਬਾ ਤੇਰੀਆਂ ਤਾਂ ਵਿਕਣੀਆਂ ਹੀ ਨਹੀਂ ਕਹਿੰਦੀ ਨਹੀਂ ਸੀ ਉਹਨੂੰ ਮੈਂ ਗਾਂ ਖਾ ਲੂਗੀ ਹਾਂ ਬਾਅਦ 'ਚ ਨੇ ਕਹਿ ਕੇ ਹੋਰ ਪਾ ਲਏ ਕਹਿੰਦੀ ਸਾਡੀ ਗਾਂ ਤਾਂ ਖਾ ਲੂਗੀ ਹੋਇਆ ਗਾ ਨੈੱਟ 6 ਵੱਜ ਗਏ ਅਤੇ ਮੀਂਹ ਪੈਣ ਲੱਗ ਗਿਆ ਨੂਰ ਦੀ ਮੰਮੀ ਲਈ ਫਿਰਦੀ ਆ ਹੱਥ 'ਚ ਟੈਸਟੀ ਮੈਂ ਕਿਹਾ ਮੈਨੂੰ ਲੱਗੀ ਭੁੱਖ ਕੁਛ ਇੱਕ ਰੋਟੀ ਦੇ ਦੇ ਕਹਿੰਦੀ ਨਹੀਂ ਟੈਸਟੀ ਖਾ ਲਓ 7 ਵਜੇ ਪਏ ਫਿਰ ਸ਼ਾਮ ਦੀ ਰੋਟੀ ਨਹੀਂ ਖਾਣੀ ਆਹ ਦੇਖ ਲਓ ਕਣੀਆਂ ਪਈ ਜਾਂਦੀਆਂ ਉਹ ਹਵਾ ਆ ਗਈ ਠੰਡੀ ਠੰਡੀ ਨੂਰ ਹਵਾ ਵੀ ਚੱਲ ਪਈ ਹੋਏ ਮੀਂਹ ਪੈਣ ਲੱਗ ਰਿਹਾ ਥੋੜ੍ਹਾ ਥੋੜ੍ਹਾ
हाँ जी सत श्री अकाल जी, टाइम होया गा 12 बज गए ते रोटियां दा टाइम हो गया। अरे दही टाइम नहीं, लस्सी पीनी पवेगी। रोटियां पाई जांदी आ हजे ते कलमा कलमा तरां। अज मीं नहीं आया, थोड़ी मोटी बूंदाबांदी हुई है सवेरे सवेरे, है ना। अज बारिश तो नहीं हुई। पर पट्ठे जल्दी पौने क्योंकि फिर मीह आ जाता, गां बेचारी भुखी रह जाती है ना नूर दी मम्मी। ते आ जड़े पहला वाले इधर साइड ते कर दे हाथ नाल। हाँ इधर इधर कट लेंगे एक बार, उरे कर दे। ये कल वाली भिजी हुई थोड़ी जड़ी खराब हो गई है ना, आज सवेर वाली। आह गाने कि चली जाते ब्याह, अज भी रोज ही चलते, कल भी चली जाते। की पता मैं घरे कोई कह गया हो, ब्याह बहुत होने लग गया ना अजकल, गर्मियों ही हुई जाते। जन्मदिन ते भी गाने चला लेंगे।